ਦੋਸਤੋ ਅਗਲੀ ਗੱਲਬਾਤ ਚਾਈਲਡ ਲੇਬਰ ਬਾਰੇ ਚਾਈਲਡ ਲੇਬਰ ਵਾਇਲੇਸ਼ਨ ਅਮਰੀਕਾ ਦੇ ਵਿੱਚ 2022-2023 ਵਾਲਾ ਜਿਹੜਾ ਸਾਲ ਆ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆ ਜਿਹੜੀਆਂ ਲੇਬਰ ਡਿਪਾਰਟਮੈਂਟ ਨੇ ਆ ਵੀਰਵਾਰ ਨੂੰ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ ਤੇ ਉਹ ਕਹਿੰਦੇ ਇਹ ਹਾਈਐਸਟ ਆ ਪਿਛਲੇ 20 ਸਾਲਾਂ ਦੇ ਵਿੱਚ ਚਾਈਲਡ ਲੇਬਰ ਵਾਇਲੇਸ਼ਨ ਪਰ ਚਾਈਲਡ ਲੇਬਰ ਵਾਇਲੇਸ਼ਨ 'ਚ ਕੀ ਹੋਊਗਾ ਵੀ ਬੱਚਿਆਂ ਤੋਂ ਕੰਮ ਨਹੀਂ ਕਰਾਉਣਾ ਚਾਹੀਦਾ ਤੇ ਇਹ ਜਿਹੜੇ ਲੋਕ ਆ ਬੱਚਿਆਂ ਤੋਂ ਕੰਮ ਕਰਾ ਰਹੇ ਆ ਲੇਬਰ ਕਰਾ ਰਹੇ ਆ ਏਜੰਸੀ ਇਹ ਕਹਿੰਦੀ ਆ ਕਿ 5,792 ਮਾਈਨਰ ਜਿਹੜੇ ਆ ਉਹਨਾਂ ਦੀ ਵਰਕ ਕੰਮ ਕਰ ਰਹੇ ਸੀ ਵਾਇਲੇਸ਼ਨ ਚਾਈਲਡ ਲੇਬਰ ਲਾਸ ਦੀ ਜਿਹੜੇ ਸਤੰਬਰ ਤੱਕ ਜਿਹੜਾ ਸਾਲ ਸੀਗਾ 30 ਸਤੰਬਰ ਤੱਕ ਉਦੋਂ ਤੱਕ 88% ਵਾਧਾ ਦੱਸਿਆ ਜਾ ਰਿਹਾ 2019 ਨਾਲੋਂ ਡਿਪਾਰਟਮੈਂਟ ਇਹ ਵੀ ਨਾਲ ਅਨਾਊਂਸ ਕੀਤਾ ਹੁਣ ਚਾਈਲਡ ਲੇਬਰ ਦੇ ਕੇਸਿਸ ਦੇ ਵਿੱਚ ਅਮਰੀਕਾ ਦੇ ਵਿੱਚ ਵਾਧਾ ਹੋ ਰਿਹਾ ਫੈਕਟਰ ਕਈ ਆ ਹਿਸਟੋਰੀਕਲੀ ਪਹਿਲਾਂ ਤਾਂ ਇੰਨਾ ਕਦੇ ਵੀ ਲੇਬਰ ਟਾਈਟ ਨਹੀਂ ਸੀ ਲੇਬਰ ਮਾਰਕੀਟ ਇੰਨੀ ਟਾਈਟ ਨਹੀਂ ਹੋਈ ਜਿੰਨੀ ਇਸ ਵੇਲੇ ਹੋਈ ਹੈ ਪੈਂਡੈਮਿਕ ਸ਼ਟਡਾਊਨ ਤੋਂ ਬਾਹਰ ਆ ਗਏ ਆ ਉਹਦੇ ਨਾਲ ਲੇਬਰ ਸ਼ਾਰਟੇਜ ਹੋ ਗਈ ਹੈ ਲੇਬਰ ਸ਼ਾਰਟੇਜ ਹੋ ਗਈ ਇੰਡਸਟਰੀ ਲੇਬਰ ਲੱਭ ਰਹੀ ਹੈ ਤੇ ਫਿਰ ਕੁਦਰਤੀ ਆ ਵੀ ਜਿਹੜੀ ਲੋਅਰ ਪੇਇੰਗ ਸਰਵਿਸ ਸੈਕਟਰ ਜੋਬਸ ਆ ਉਹਦੇ ਚ ਜ਼ਿਆਦਾ ਸੀ ਜਿਹੜੇ ਇੰਪਲੋਇਰਸ ਆ ਉਹਨਾਂ ਨੂੰ ਪੁਸ਼ ਕੀਤਾ ਜਾ ਰਿਹਾ ਜਾਂ ਕਹਿ ਲਓ ਉਹ ਮਜਬੂਰ ਨੇ ਇਸ ਗੱਲ ਦੇ ਉੱਤੇ ਕਿ ਜ਼ਿਆਦਾ ਬੱਚਿਆਂ ਨੂੰ ਹਾਇਰ ਕਰਨ ਤੇ ਉਹਨਾਂ ਤੋਂ ਕੰਮ ਕਰਾਏ ਜਾਣ ਮਹਿੰਗਾਈ ਅੱਗੇ ਹੋ ਗਈ ਹੈ ਜਿਹੜੇ ਵੇਜਸ ਆ ਉਹ ਜ਼ਿਆਦਾ ਦੇਣੇ ਪੈ ਰਹੇ ਆ ਜਿਹੜੇ ਲੋਕ ਆ ਉਹ ਕੰਮ ਕਰੋ ਹੈ ਹੀ ਨਹੀਂ ਜਦੋਂ ਲੋਕ ਸਾਰੇ ਹੀ ਕੰਮ ਤੇ ਆ ਤਾਂ ਮਾਰਕੀਟ ਦੇ ਵਿੱਚ ਹੈ ਕੋਈ ਨਹੀਂ ਕਈ ਜਿਹੜੇ ਕਿਹੜੇ ਮਤਲਬ ਹਜ਼ਾਰਾਂ ਹੀ ਜਿਹੜੇ ਬਾਹਰੋਂ ਬੱਚੇ ਆ ਰਹੇ ਆ ਅਨਅਕੰਪਨਡ ਮਾਈਨਰਸ ਨੇ ਉਹ ਯੂਨਾਈਟਿਡ ਸਟੇਟਸ ਦੇ ਵਿੱਚ ਆ ਗਏ ਆ ਤੇ ਉਹ ਵੀ ਕੰਮ ਲੱਭ ਰਹੇ ਆ ਤੇ ਕੁਦਰਤੀ ਆ ਵੀ ਉਧਰਲੇ ਪਾਸੇ ਫਿਰ ਉਹਨਾਂ ਨੂੰ ਕੰਮ ਦਿੱਤਾ ਵੀ ਜਾ ਰਿਹਾ ਚਾਈਲਡ ਲੇਬਰ ਵਾਇਲੇਸ਼ਨ ਦੇ ਵਿੱਚ ਵਾਧਾ ਜਿਹੜਾ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਐਫਰਟ ਵੀ ਬਹੁਤ ਵਧੀਆ ਕਰੈਕਟਡਾਊਨ ਕਰਨ ਦੇ ਲਈ ਇੰਪਲੋਇਰਸ ਨੂੰ ਕਿ ਜਿਹੜੇ ਚਾਈਲਡ ਲੇਬਰ ਦੀ ਵਾਇਲੇਸ਼ਨ ਕਰ ਰਹੇ ਇੱਕ ਤੇ ਉਹਨਾਂ ਨੇ ਰੱਖੇ ਬੱਚੇ ਜ਼ਿਆਦਾ ਕੰਮ ਦੇ ਉੱਤੇ ਆ ਦੂਜਾ ਸਰਕਾਰ ਵੀ ਸਖ਼ਤ ਹੋਈ ਆ ਇਸ ਮਾਮਲੇ ਦੇ ਵਿੱਚ ਫੈਡਰਲ ਲੇਬਰ ਲਾਅ ਪ੍ਰੋਹਿਬਿਟ ਕਰਦਾ ਆ ਮਨਾ ਕਰਦਾ ਆ ਰੋਕਦਾ ਆ ਬੱਚੇ ਜਿਹਨਾਂ ਦੀ ਉਮਰ 14 ਸਾਲ ਤੋਂ ਘੱਟ ਆ ਕਿ ਉਹਨਾਂ ਨੂੰ ਜਿਹੜੇ ਇੰਡਸਟਰੀਜ਼ ਜਿਹੜੀਆਂ ਬਹੁਤ ਸਾਰੀਆਂ ਖਤਰਨਾਕ ਆ ਉਹ ਜਿਹੜੀਆਂ ਜਿਹਨਾਂ ਨੂੰ ਹੈਜ਼ਰਡਸ ਕਿਹਾ ਜਾ ਰਿਹਾ ਉਹਨਾਂ ਤੋਂ ਪਰੇ ਰਹਿਣ ਦੇ ਲਈ ਇਹ ਵੀ ਇਹ ਮਾਈਨਰਸ ਨੂੰ ਕਹਿੰਦਾ ਆ ਜਿਹੜੇ 16 ਸਾਲ ਤੋਂ ਥੱਲੇ ਆ ਕਿ ਉਹ 7 ਵਜੇ ਸ਼ਾਮ ਦੇ ਸਕੂਲ ਨਾਈਟਸ ਦੇ ਉੱਤੇ ਤੇ 9 ਵਜੇ ਜਿਹੜੇ ਸਮਰ ਦੇ ਵਿੱਚ ਆ ਤੇ ਨਹੀਂ ਕੰਮ ਕਰ ਸਕਦੇ ਫਰਵਰੀ ਦੇ ਵਿੱਚ ਜਿਹੜੀ ਲੇਬਰ ਡਿਪਾਰਟਮੈਂਟ ਉਹਨਾਂ ਨੇ ਅਨਾਊਂਸ ਇਹ ਕੀਤਾ ਸੀ ਕਿ ਡਾਟਾ ਅਨਾਲਿਸਿਸ ਇੱਕ ਯੂਜ਼ ਕੀਤਾ ਜਾ ਰਿਹਾ ਇਨਵੈਸਟੀਗੇਸ਼ਨ ਲਾਂਚ ਕਰਨ ਦੇ ਲਈ ਜਿਹਦੇ ਵਿੱਚ ਵਰਕ ਸਾਈਟਸ ਦੇ ਉੱਤੇ ਜਾ ਕੇ ਦੇਖਿਆ ਜਾਊਗਾ ਵੀ ਕਿਤੇ ਚਾਈਲਡ ਵਾਇਲੇਸ਼ਨ ਕੀਤੀ ਤਾਂ ਨਹੀਂ ਜਾ ਰਹੀ ਸੋ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਵੀ ਐਸਟੈਬਲਿਸ਼ ਕਰਨ ਦੀ ਗੱਲਬਾਤ ਕਰ ਰਿਹਾ ਜੀ ਇੰਟਰ ਏਜੰਸੀ ਟਾਸਕ ਫੋਰਸ ਜਿਹਦੇ ਵਿੱਚ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਸ ਵੀ ਹੋਵੇ ਐਗਰੀਕਲਚਰ ਜਿਹੜਾ ਤੇ ਦੂਜੀਆਂ ਵੀ ਜਿਹਦੇ ਵਿੱਚ ਹੋਣ ਸੋ ਇੱਕ ਵੱਡੀ ਅਮਰੀਕਾ ਦੇ ਵਿੱਚ ਚਿੰਤਾ ਵਾਲੀ ਗੱਲ ਜਿਹੜੀ ਇਸ ਵੇਲੇ ਦੱਸੀ ਜਾ ਰਹੀ ਹੈ ਲੇਬਰ ਡਿਪਾਰਟਮੈਂਟ ਨੇ ਕਈ ਸੈਂਕੜੇ ਜਿਹੜੀਆਂ ਸਾਈਟੇਸ਼ਨ ਇਸ਼ੂ ਕੀਤੀਆਂ ਬੱਚਿਆਂ ਜਿਹੜੀ ਇਹ ਚਾਈਲਡ ਲੇਬਰ ਵਾਇਲੇਸ਼ਨ ਦੇ ਤਹਿਤ ਤੇ ਹੋਰ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।